ਅਜਿਹੀਆਂ ਥਾਵਾਂ ਤੇ ਬਣਾਈ ਜਾਂਦੀ ਹੈ ਡਬਲ ਰੋਟੀ। ਹਾਲਤ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ। ਸਵੇਰ ਦੇ ਸਮੇਂ ਚਾਹ ਜਾਂ ਦੁੱਧ ਨਾਲ ਖਾਈ ਜਾਣ ਵਾਲੀ ਡਬਲ ਰੋਟੀ ਤੇ ਪੈਨ ਤਾਂ ਹਰ ਕਿਸੇ ਨੂੰ ਪਸੰਦ ਹੈ, ਪਰ ਇਹ ਉਹ ਜਗ੍ਹਾ ਹੈ ਜਿਸ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਅੱਗੇ ਤੋਂ ਇਹ ਸਭ ਖਾਣ ਤੋਂ ਪਰਹੇਜ਼ ਕਰ ਦੋਗੇ, ਕਿਉਂਕਿ ਇਸ ਜਗ੍ਹਾ ਤੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਉੱਥੇ ਹੀ ਮੱਖੀਆਂ ਘੁੰਮਦੀਆਂ ਨੇ ਜੋ ਕਿ ਪਹਿਲਾਂ ਤਾਂ ਗੰਦ ਦੇ ਵਿੱਚ ਬੈਠਦੀਆਂ ਨੇ ਤੇ ਫਿਰ ਖਾਣ ਵਾਲੀਆਂ ਚੀਜ਼ਾਂ ਤੇ ਆ ਕੇ ਬੈਠ ਜਾਂਦੀਆਂ ਨੇ, ਤਾਂ ਕਿਸੇ ਵੀ ਵਰਕਰ ਦੇ ਵੱਲੋਂ ਇੱਥੇ ਕੋਈ ਵੀ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਲਗਾਤਾਰ ਛਾਪੇਮਾਰੀ ਤਾਂ ਕੀਤੀ ਜਾ ਰਹੀ ਹੈ, ਫਿਰ ਵੀ ਧੜੱਲੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ, ਜਿਸ ਦੀਆਂ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਤਾਂ ਹੁਣ ਬਾਜ਼ਾਰ ਦੇ ਵਿੱਚ ਡਬਲ ਰੋਟੀ ਖਰੀਦਣ ਤੋਂ ਪਹਿਲਾਂ ਸਾਵਧਾਨ ਹੋ ਜਾਣਾ, ਤਾਂ ਇਸ ਵੀਡੀਓ ਨੂੰ ਧਿਆਨ 'ਚ ਜ਼ਰੂਰ ਕਰ ਲੈਣਾ ਕਿ ਕਿਵੇਂ ਇਸ ਨੂੰ ਬਣਾਇਆ ਜਾਂਦਾ ਹੈ ਤੇ ਕਿਵੇਂ ਇਸ ਦਾ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ। ਅਸੀਂ ਇਸ ਜਿਹੜੇ ਵੀ ਤੁਸੀਂ ਕੰਪਲੇਂਟ ਆਉਂਦੀ ਆ ਜਾਂ ਕੋਈ ਵੀ ਹੁੰਦਾ ਆ, ਅਸੀਂ ਇਹਦੇ ਲਈ ਹਮੇਸ਼ਾ ਹੀ ਨੋਟ ਕਰ ਲੈਂਦੇ ਹਾਂ ਔਰ ਸਾਡੇ ਵੱਲੋਂ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਤਿਆਰੀ ਕਰ ਲਿੱਤੀ ਜਾਂਦੀ ਹੈ। ਸਾਡੇ ਵੱਲੋਂ ਸਾਰਾ ਪਲੈਨ ਆਊਟ ਵੀ ਕਰ ਚੁੱਕਾ ਹੈ। ਅਸੀਂ ਹੁਣ ਸਾਰੇ ਏਰੀਆ, ਈਵਨ ਅਸੀਂ ਦੂਰ ਦਰ ਇਲਾਕਿਆਂ 'ਚ ਵੀ ਜਾ ਕੇ ਸਾਡੀ ਜਿਹੜੀ ਮੁਹਿੰਮ ਸਟਾਰਟ ਹੋ ਚੁੱਕੀ ਹੈ। ਕਈ ਜਗ੍ਹਾ 'ਤੇ ਅਸੀਂ ਦਹੀਂ ਦੇ ਸੈਂਪਲ, ਪਨੀਰ ਦੇ ਸੈਂਪਲ, ਘਿਓ ਦੇ ਸੈਂਪਲ, ਸ਼ਹਿਦ ਦੇ ਸੈਂਪਲ ਤੱਕ ਵੀ ਅਸੀਂ ਫੜ ਕੇ ਅਤੇ ਸੈਂਪਲਿੰਗ ਲਈ ਭੇਜ ਦਿੱਤੇ ਗਏ ਹੈ। ਇੱਦਾਂ ਅਸੀਂ ਕਰਿਆਨੇ ਸਟੋਰ ਵੀ ਚੈੱਕ ਕਰ ਰਹੇ ਹਾਂ, ਇੱਦਾਂ ਅਸੀਂ ਹੋਰ ਵੀ ਜਿਹੜੇ ਵੀ ਸਾਨੂੰ ਫੂਡ ਸਟੱਫ ਦੇ ਰਿਲੇਟਡ ਹੈਗੇ ਆ ਉਰੇ ਚੈਕਿੰਗ ਅਭਿਆਨ ਜਿਹੜਾ ਜਾਰੀ ਹੈਗਾ, ਕਿਉਂਕਿ ਸਾਡਾ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਆ, ਉਹਦੇ ਲਈ ਅਸੀਂ ਪਹਿਲੇ ਤਿਆਰੀਆਂ ਕੱਸ ਲਈਆਂ ਔਰ ਸਾਡੇ ਸਾਰੇ ਜਿਹੜੇ ਆ ਮੁਲਾਜ਼ਮ ਹੈਗੇ ਆ, ਜਿਹੜੇ FSO ਹੈਗੇ ਆ, ਉਹ ਪੂਰੀ ਤਿਆਰੀ ਦੇ ਨਾਲ ਲੱਗੇ ਹੋਏ ਆ, ਤਾਂ ਕਿ ਜਿੱਥੇ ਵੀ ਸਾਨੂੰ ਕੋਈ ਲੱਗੇਗਾ ਅਸੀਂ ਉਰੇ ਅਗੇਂਸਟ ਕਾਰਵਾਈ ਕਰਾਂਗੇ, ਕਿਉਂਕਿ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਦੁਕਾਨਦਾਰ ਹੈਗੇ ਆ ਉਹ ਜਿਹੜਾ ਐਕਟ ਹੈਗਾ ਸਾਡਾ ਫੂਡ ਸੇਫਟੀ ਐਕਟ, ਉਹਨੂੰ ਪੂਰੀ ਤਰ੍ਹਾਂ ਨਿਭਾਉਣ, ਹੋਰ ਤੋਂ ਅਗੇਂਸਟ ਨਾ ਜਾਣ। ਜੇ ਤਾਂ ਉਹ ਨਿਭਾਉਣਗੇ ਅੱਛੀ ਤਰ੍ਹਾਂ ਤਾਂ ਅਸੀਂ ਵੀ ਉਹਨਾਂ ਦੇ ਨਾਲ ਆਵਾਂਗੇ, ਸਾਡਾ ਕੋਈ ਡਰਾਉਣ ਦਾ ਨਹੀਂ ਹੈਗਾ, ਅਸੀਂ ਲੋਕਾਂ ਲਈ ਹੈ, ਅਸੀਂ ਲੋਕਾਂ ਦੀ ਸੇਫਟੀ ਲਈ ਹੈ ਤਾਂ ਕਿ ਉਹਨਾਂ ਦੀ ਸਿਹਤਮੰਦ ਰਹੇ, ਅਤੇ ਜਿਹੜਾ ਕੋਈ ਉਹ ਕਾਨੂੰਨ ਨੂੰ ਨਹੀਂ ਮੰਨੇਗਾ ਤਾਂ ਅਸੀਂ ਉਹਦੇ ਅਗੇਂਸਟ ਕਾਰਵਾਈ ਵੀ ਕਰਾਂਗੇ। ਅਜਿਹੀਆਂ ਥਾਵਾਂ 'ਤੇ ਬਣਾਈ ਜਾਂਦੀ ਹੈ ਡਬਲ ਰੋਟੀ। ਹਾਲਤ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ। ਸਵੇਰ ਦੇ ਸਮੇਂ ਚਾਹ ਜਾਂ ਦੁੱਧ ਨਾਲ ਖਾਈ ਜਾਣ ਵਾਲੀ ਡਬਲ ਰੋਟੀ ਤੇ ਪੈਨ ਤਾਂ ਹਰ ਕਿਸੇ ਨੂੰ ਪਸੰਦ ਹੈ, ਪਰ ਇਹ ਉਹ ਜਗ੍ਹਾ ਹੈ ਜਿਸ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਅੱਗੇ ਤੋਂ ਇਹ ਸਭ ਖਾਣ ਤੋਂ ਪਰਹੇਜ਼ ਕਰ ਦੋਗੇ, ਕਿਉਂਕਿ ਇਸ ਜਗ੍ਹਾ ਤੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਉੱਥੇ ਹੀ ਮੱਖੀਆਂ ਘੁੰਮਦੀਆਂ ਨੇ ਜੋ ਕਿ ਪਹਿਲਾਂ ਤਾਂ ਗੰਦ ਦੇ ਵਿੱਚ ਬੈਠਦੀਆਂ ਨੇ ਤੇ ਫਿਰ ਖਾਣ ਵਾਲੀਆਂ ਚੀਜ਼ਾਂ ਤੇ ਆ ਕੇ ਬੈਠ ਜਾਂਦੀਆਂ ਨੇ, ਤਾਂ ਕਿਸੇ ਵੀ ਵਰਕਰ ਦੇ ਵੱਲੋਂ ਇੱਥੇ ਕੋਈ ਵੀ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਲਗਾਤਾਰ ਛਾਪੇਮਾਰੀ ਤਾਂ ਕੀਤੀ ਜਾ ਰਹੀ ਹੈ, ਫਿਰ ਵੀ ਧੜੱਲੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ, ਜਿਸ ਦੀਆਂ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਤਾਂ ਹੁਣ ਬਾਜ਼ਾਰ ਦੇ ਵਿੱਚ ਡਬਲ ਰੋਟੀ ਖਰੀਦਣ ਤੋਂ ਪਹਿਲਾਂ ਸਾਵਧਾਨ ਹੋ ਜਾਣਾ, ਤਾਂ ਇਸ ਵੀਡੀਓ ਨੂੰ ਧਿਆਨ 'ਚ ਜ਼ਰੂਰ ਕਰ ਲੈਣਾ ਕਿ ਕਿਵੇਂ ਇਸ ਨੂੰ ਬਣਾਇਆ ਜਾਂਦਾ ਹੈ ਤੇ ਕਿਵੇਂ ਇਸ ਦਾ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਵੀ ਪੈ ਸਕਦਾ। ਅਸੀਂ ਇਸ ਜਿਹੜੇ ਵੀ ਤੁਸੀਂ ਕੰਪਲੇਂਟ ਆਉਂਦੀ ਆ ਜਾਂ ਕੋਈ ਵੀ ਹੁੰਦਾ ਆ, ਅਸੀਂ ਇਹਦੇ ਲਈ ਹਮੇਸ਼ਾ ਹੀ ਨੋਟ ਕਰ ਲੈਂਦੇ ਹਾਂ ਔਰ ਸਾਡੇ ਵੱਲੋਂ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਤਿਆਰੀ ਕਰ ਲਿੱਤੀ ਜਾਂਦੀ ਹੈ। ਸਾਡੇ ਵੱਲੋਂ ਸਾਰਾ ਪਲੈਨ ਆਊਟ ਵੀ ਕਰ ਚੁੱਕਾ ਹੈ। ਅਸੀਂ ਹੁਣ ਸਾਰੇ ਏਰੀਆ, ਈਵਨ ਅਸੀਂ ਦੂਰ ਦਰ ਇਲਾਕਿਆਂ 'ਚ ਵੀ ਜਾ ਕੇ ਸਾਡੀ ਜਿਹੜੀ ਮੁਹਿੰਮ ਸਟਾਰਟ ਹੋ ਚੁੱਕੀ ਹੈ।
ਕਈ ਜਗ੍ਹਾ ਤੇ ਅਸੀਂ ਦਹੀਂ ਦੇ ਸੈਂਪਲ, ਪਨੀਰ ਦੇ ਸੈਂਪਲ, ਘਿਓ ਦੇ ਸੈਂਪਲ, ਸ਼ਹਿਦ ਦੇ ਸੈਂਪਲ ਤੱਕ ਵੀ ਅਸੀਂ ਫੜ ਕੇ ਤੇ ਸੈਂਪਲਿੰਗ ਲਈ ਭੇਜ ਦਿੱਤੇ ਗਏ ਆ। ਇਦਾਂ ਅਸੀਂ ਕਰਿਆਨੇ ਸਟੋਰ ਵੀ ਚੈੱਕ ਕਰ ਰਹੇ ਆ, ਇਦਾਂ ਅਸੀਂ ਹੋਰ ਵੀ ਜਿਹੜੇ ਵੀ ਸਾਨੂੰ ਫੂਡ ਸਟੱਫ ਦੇ ਰਿਲੇਟਡ ਹੈਗੇ ਆ ਉਰੇ ਚੈਕਿੰਗ ਅਭਿਆਨ ਜਿਹੜਾ ਜਾਰੀ ਹੈਗਾ, ਕਿਉਂਕਿ ਸਾਡਾ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਆ, ਉਹਦੇ ਲਈ ਅਸੀਂ ਪਹਿਲੇ ਤਿਆਰੀਆਂ ਕੱਸ ਲਈਆਂ ਔਰ ਸਾਡੇ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ, ਜਿਹੜੇ FSO ਹੈਗੇ ਆ, ਉਹ ਪੂਰੀ ਤਿਆਰੀ ਦੇ ਨਾਲ ਲੱਗੇ ਹੋਏ ਆ, ਤਾਂ ਕਿ ਜਿੱਥੇ ਵੀ ਸਾਨੂੰ ਕੋਈ ਲੱਗੇਗਾ ਅਸੀਂ ਉਰੇ ਅਗੇਂਸਟ ਕਾਰਵਾਈ ਕਰਾਂਗੇ, ਕਿਉਂਕਿ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਦੁਕਾਨਦਾਰ ਹੈਗੇ ਆ ਉਹ ਜਿਹੜਾ ਐਕਟ ਹੈਗਾ ਸਾਡਾ ਫੂਡ ਸੇਫਟੀ ਐਕਟ, ਉਹਨੂੰ ਪੂਰੀ ਤਰ੍ਹਾਂ ਨਿਭਾਉਣ, ਹੋਰ ਤੋਂ ਅਗੇਂਸਟ ਨਾ ਜਾਣ। ਜੇ ਤਾਂ ਉਹ ਨਿਭਾਉਣਗੇ ਅੱਛੀ ਤਰ੍ਹਾਂ ਤਾਂ ਅਸੀਂ ਵੀ ਉਹਨਾਂ ਦੇ ਨਾਲ ਆਵਾਂਗੇ, ਸਾਡਾ ਕੋਈ ਡਰਾਉਣ ਦਾ ਨਹੀਂ ਹੈਗਾ, ਅਸੀਂ ਲੋਕਾਂ ਲਈ ਹੈ, ਅਸੀਂ ਲੋਕਾਂ ਦੀ ਸੇਫਟੀ ਲਈ ਹੈ, ਤਾਂ ਕਿ ਉਹਨਾਂ ਦੀ ਸਿਹਤਮੰਦ ਰਹੇ, ਅਤੇ ਜਿਹੜਾ ਕੋਈ ਉਹ ਕਾਨੂੰਨ ਨੂੰ ਨਹੀਂ ਮੰਨੇਗਾ ਤਾਂ ਅਸੀਂ ਉਹਦੇ ਅਗੇਂਸਟ ਕਾਰਵਾਈ ਵੀ ਕਰਾਂਗੇ।